ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਫਿਰ ਬਹੁਤ ਹੀ ਪਿਆਰੇ ਡਿਜ਼ਾਇਨ ਸ਼ੇਅਰ ਕਰਾਂਗੇ। ਸੋ ਇਹ ਪਾਰਲਰ ਵਰਕ ਦੀ ਹੈ, ਮਸ਼ੀਨ ਵਰਕ ਐਮਬਰਾਇਡਰੀ ਹੈ। ਸੋ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਇਹਨੂੰ ਐਡ ਕਰ ਸਕਦੇ ਹੋ। ਕੋਈ ਵੀ ਕਲਰ 'ਤੇ ਤੁਸੀਂ ਕੋਈ ਵੀ ਡਿਜ਼ਾਇਨ ਹੈ ਜਿਹੜਾ ਆਪਣੀ ਚੋਇਸ ਦੇ ਅਕੋਰਡਿੰਗ ਬਣਾ ਸਕਦੇ ਹੋ। ਸੋ ਔਡਰ ਪਲੇਸ ਕਰਨ ਲਈ ਜੀ ਪ੍ਰੋਸੀਜਰ ਹੈਗਾ ਕਿ ਤੁਸੀਂ ਕਿਸੇ ਵੀ ਸੂਟ ਦਾ ਸਕਰੀਨਸ਼ੋਟ ਭੇਜਿਆ ਕਰੋ, ਵੀਡੀਓ ਲਿੰਕ ਨਾ ਭੇਜਿਆ ਕਰੋ ਪਲੀਜ਼। ਔਰ ਸਕਰੀਨਸ਼ੋਟ ਭੇਜ ਕੇ ਤੁਸੀਂ ਪ੍ਰਾਈਸ ਪੁੱਛ ਸਕਦੇ ਹੋ। ਅਗਰ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਹੈ ਤਾਂ ਤੁਸੀਂ ਆਪਣਾ ਔਡਰ ਆ ਜਿਹੜਾ ਫਾਈਨਲ ਕਰ ਸਕਦੇ ਹੋ। ਜਿਵੇਂ ਕਿ ਅਸੀਂ ਕਾਫੀ ਜਿਹੜੇ ਡਿਜ਼ਾਇਨ ਹੈਗੇ ਆ ਰਿਪੀਟਿਡ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਸੋ ਉਹਦਾ ਇਹੀ ਮਕਸਦ ਹੈ ਕਿ ਤੁਸੀਂ ਦੇਖ ਸਕੋ ਕਿ ਅਲੱਗ ਅਲੱਗ ਜਿਵੇਂ ਆਪਾਂ ਕਲਰ ਕੰਬੀਨੇਸ਼ਨ ਅਤੇ ਜਿਹੜੇ ਡਿਜ਼ਾਇਨ ਆ ਉਹਦੀ ਲੁੱਕ ਹੈ ਜਿਹੜੀ ਚੇਂਜ ਹੋ ਜਾਂਦੀ ਹੈ। ਸੋ ਕਿਸ 'ਤੇ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਲਾਈਟ ਹੈ ਡਾਰਕ ਹੈ, ਕਿਉਂਕਿ ਸਾਰਿਆਂ ਦੀ ਚੋਇਸ ਆ ਜਿਹੜੀ ਡਿਫਰੈਂਟ ਹੁੰਦੀ ਹੈ, ਕੋਈ ਲਾਈਟ 'ਤੇ ਪਸੰਦ ਕਰਦਾ, ਕੋਈ ਡਾਰਕ 'ਤੇ। ਸੋ ਉਸੇ ਤਰ੍ਹਾਂ ਆਪਾਂ ਜਿਹੜਾ ਤੁਹਾਡੇ ਨਾਲ ਡਿਜ਼ਾਇਨ ਆ ਜਿਹੜੇ ਸ਼ੇਅਰ ਕਰਦੇ ਹਾਂ ਤਾਂ ਜਦੋਂ ਤੁਹਾਨੂੰ ਗੈਸ ਹੋ ਸਕੇ ਕਿ ਤੁਸੀਂ ਕਿਸ ਸੂਟ ਕਿਸ ਕਲਰ 'ਤੇ ਜਿਹੜੀ ਐਮਬਰਾਇਡਰੀ ਕਰਾਉਣੀ ਪਸੰਦ ਕਰੋਗੇ ਜਾਂ ਕੋਈ ਡਾਰਕ ਸ਼ੇਡਸ ਤੁਹਾਨੂੰ ਪਸੰਦ ਹੈ ਜਾਂ ਲਾਈਟ ਹੈ। ਸੋ ਇਹ ਬਾਲਾ ਵਰਕ ਦਾ ਡਿਜ਼ਾਇਨ ਹੈ ਜੀ। ਜਿਵੇਂ ਅਸੀਂ ਆਪਣੀ ਵੱਖਰੀ ਜਿਹੀ ਡਿਜ਼ਾਇਨਿੰਗ ਕਰਦੇ ਹਾਂ, ਕੋਈ ਪਿੰਟੈਕਸ ਪਾਉਂਦੇ ਹਾਂ, ਉਹਨੂੰ ਥੋੜ੍ਹਾ ਸੋਬਰ ਨੂੰ ਬ੍ਰਾਈਟ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਬਿਲਕੁਲ ਡਿਫਰੈਂਟ ਜੀ ਜਿਹੜੀ ਤੁਹਾਡੇ ਨਾਲ ਐਮਬਰਾਇਡਰੀ ਸ਼ੇਅਰ ਕਰਦੇ ਹਾਂ। ਸੋ ਇਹ ਬਾਲਾ ਵਰਕ ਦਾ ਡਿਜ਼ਾਇਨ ਹੈ ਜੀ। ਇਹਦੀ ਸ਼ਰਟ ਦਾ ਫਰੰਟ ਹੈ, ਉੱਪਰ ਤੱਕ ਇਹਦੇ ਇਸ ਤਰ੍ਹਾਂ ਫਲਾਰ ਜਾਂਦੇ ਆ, ਰੋਜ਼ਿਸ ਬਣੇ ਹੋਏ ਆ, ਔਰ ਇਹਦੇ ਵਿੱਚ ਅਸੀਂ ਪਿੰਟੈਕਸ ਪਾਏ ਹੋਏ ਆ ਵਿੱਚ, ਇਹ ਜਿਹੜਾ ਬਾਲਾ ਵਰਕ ਦੇ ਚਾਵਲ ਟਾਂਕਾ ਦਿੱਤਾ ਹੋਇਆ। ਅਤੇ ਇਸੇ ਤਰ੍ਹਾਂ ਹੀ ਸਾਰੀ ਦੇ ਵਿੱਚ ਜਿਹੜੀ ਬੂਟੀ ਹੈ ਸਪਰੈਡ ਕੀਤੀ ਹੋਈ ਹੈ, ਔਰ ਉੱਪਰ ਅਸੀਂ ਪੋਟਲੀ ਬਟਨ ਦਿੱਤੇ ਹੋਏ ਆ। ਇਸੇ ਤਰ੍ਹਾਂ ਬਾਜੂ 'ਤੇ ਇੱਕ ਛੋਟਾ ਜਿਹਾ ਫਲਾਰ ਆਉਂਦਾ, ਔਰ ਬੈਕ 'ਤੇ ਵੀ ਅਸੀਂ ਇਹਦੇ ਪਿੰਟ ਇਸ ਤਰ੍ਹਾਂ ਅਸੀਂ ਸਾਰੇ ਦੋਨੋਂ ਤਰਫਾ ਜਿਹੜੇ ਪਿੰਟੈਕਸ ਪਾ ਕੇ ਵਿੱਚ ਵਰਕ ਕੀਤਾ ਹੋਇਆ। ਸੋ ਇਹ ਨੇਵੀ ਬਲੂ ਸ਼ੇਡ ਹੈਗਾ ਜੀ, ਜੋਰਜਟ ਦਾ ਇਹ ਸਟੱਫ ਹੈ ਔਰ ਸੈਮੀ ਜੋਰਜਟ ਹੈ, ਪਿਓਰ ਆ। ਜਿਹੜੇ ਦੁਪੱਟੇ ਅਸੀਂ ਸਾਰੇ ਪਿਓਰ ਦੇ ਲਾਉਂਦੇ ਹਾਂ ਜੀ, ਜੇ ਕੋਟਨ ਦੇ ਹੈਗੇ ਆ ਤਾਂ ਉਹਦੇ ਨਾਲ ਡਿਫਰੈਂਟ ਸਟੱਫ ਲੱਗਦਾ। ਜਿਵੇਂ ਪਾਰਟੀ ਵੀਅਰ ਸੂਟ ਹੈ ਤਾਂ ਅਸੀਂ ਕਮਲ ਚਨੌਨ ਦੇ ਦੁਪੱਟੇ ਲਾਉਂਦੇ ਹਾਂ। ਸੋ ਇਹ ਹੈਗਾ ਜੀ, ਜਿਵੇਂ ਅਸੀਂ ਲੇਸਿਸ ਦਿੰਦੇ ਹਾਂ, ਜਿਵੇਂ ਕਿ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੈ ਕਿ ਜ਼ਿਆਦਾ ਹੈਵੀ ਲੇਸਿਸ ਨਹੀਂ ਚੱਲਦੀਆਂ, ਥੋੜ੍ਹਾ ਬਰੀਕ ਲੇਸਿਸ ਨੂੰ ਅਸੀਂ ਦੋ ਤਰ੍ਹਾਂ ਦੀਆਂ ਲੇਸਿਸ ਲਾ ਕੇ ਉਹਨੂੰ ਫਿਨਿਸ਼ ਕਰਦੇ ਹਾਂ, ਜਿਵੇਂ ਇਹਦੇ ਨਾਲ ਅਸੀਂ ਚੰਪਾ ਦਿੱਤਾ ਹੋਇਆ। ਸੋ ਇਹ ਨੇਵੀ ਬਲੂ ਸ਼ੇਡ ਸੀਗਾ ਜੀ। ਬੋਟਮ ਦੇ ਵਿੱਚ ਤੁਸੀਂ ਪਲਾਜ਼ੋ ਜਾਂ ਸਲਵਾਰ ਹੈ ਜਾਂ ਸ਼ਰਾਰਾ ਹੈ, ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਰ ਸਕਦੇ ਹੋ। ਔਰ ਇਹ ਹੈਗਾ ਜੀ ਯੈਲੋ ਗ੍ਰੀਨਿਸ਼ ਹੈ ਜਿਹੜਾ ਸ਼ੇਡ ਹੈ, ਥੋੜ੍ਹਾ ਜਿਹਾ ਇਹਦੇ ਵਿੱਚ ਪੈਰਟ ਲੱਗ ਰਿਹਾ, ਜਦਕਿ ਇਹ ਯੈਲੋ ਸ਼ੇਡ ਹੈਗਾ। ਔਰ ਇਹ ਹੈਗਾ ਬਾਲਾ ਦੇ ਵਿੱਚ, ਇਹਦੇ ਨਾਲ ਕੰਪਲੀਟ ਹੈ ਜਿਹੜਾ ਇਹ ਸਾਰਾ ਸ਼ਰਟ ਹੈਗਾ, ਫੁੱਲ ਹੈ ਬਾਲਾ ਦੀ ਡਿਜ਼ਾਇਨਿੰਗ ਦੇ ਨਾਲ, ਇਸ ਤਰ੍ਹਾਂ ਫੁੱਲ ਹੈ। ਸੋ ਵਿੱਚ ਇੱਕ ਕਲਰ ਦਿੱਤਾ ਹੋਇਆ, ਬਾਜੂ 'ਤੇ ਇਸ ਟਾਈਪ ਦਾ ਡਿਜ਼ਾਇਨ ਹੈ ਜੀ ਇਹਦੇ। ਸੋ ਇਹ ਵੀ ਜਿਹੜਾ ਹੈਗਾ ਸੈਮੀ ਕਰੇਪ 'ਤੇ ਬਣਿਆ ਹੋਇਆ, ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਰ ਸਕਦੇ ਹੋ। ਔਰ ਇਹਦੇ ਨਾਲ ਅਸੀਂ ਬਹੁਤ ਹੀ ਪਿਆਰੀਆਂ ਜਿਹੀਆਂ ਲੇਸਿਸ ਦਿੱਤੀਆਂ ਹੋਈਆਂ, ਮਗਜ਼ੀ ਦੇ ਨਾਲ ਅਸੀਂ ਜਿਹੜਾ ਇਹਨੂੰ ਲੇਸਿਸ ਦੇ ਕੇ ਫਿਨਿਸ਼ ਕੀਤਾ ਹੋਇਆ। ਸੋ ਅਜੇ ਅਸੀਂ ਜਿਹੜੇ ਔਡਰ ਹੈਗੇ ਆ ਜੀ ਵੈਡਿੰਗ ਦੇ ਜਾਂ ਹੈਵੀ ਸੂਟਸ ਦੇ ਰੈਡੀ ਕਰ ਰਹੇ ਹਾਂ। ਸੋ ਸਾਰਿਆਂ ਦੀ ਬਹੁਤ ਸਾਰੀ ਰਿਕੁਐਸਟ ਹੈ, ਤੁਸੀਂ ਗਰਮੀ ਦੇ ਡਿਜ਼ਾਇਨ ਆ ਜਿਹੜੇ ਸ਼ੇਅਰ ਕਰੋ, ਸਮਰ ਵੀ ਆ ਸੂਟ ਸ਼ੇਅਰ ਕਰੋ ਹਲਕੇ ਡਿਜ਼ਾਇਨ। ਸੋ ਉਹ ਵੀ ਅਸੀਂ ਬਣਾ ਰਹੇ ਹਾਂ ਜੀ, ਤੁਹਾਡੇ ਨਾਲ ਬਹੁਤ ਹੀ ਜਲਦ ਆ ਜਿਹੜੇ ਅਸੀਂ ਉਸ ਤਰ੍ਹਾਂ ਦੇ ਡਿਜ਼ਾਇਨ ਵੀ ਲੈ ਕੇ ਆਵਾਂਗੇ। ਸੋ ਜਿਵੇਂ ਵੀ ਔਡਰ ਜਿਹੜੇ ਪਿੱਛੇ ਕਾਫੀ ਔਡਰ ਆ ਜਿਹੜੇ ਪੈਂਡਿੰਗ ਹੈ ਸਾਡੇ, ਉਹ ਵੀ ਅਸੀਂ ਕਲੀਅਰ ਕਰ ਰਹੇ ਹਾਂ, ਨਵੇਂ ਔਡਰ ਅਸੀਂ ਲੈ ਰਹੇ ਹਾਂ। ਸੋ ਤੁਸੀਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਵੇਂ ਦੇ ਲੱਗ ਰਹੇ ਡਿਜ਼ਾਇਨਸ, ਔਰ ਨਵੇਂ ਨਵੇਂ ਔਡਰ ਕਰਦੇ ਜੀ ਬਣੇ ਹੋਏ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।